पंजाब विच इन्हां दिनां दे विच पराली साड़न दीआं घटनावां विच लगातार वाधा होया है। सूबे विच बुधवार नूं पराली साड़न दीआं रिकॉर्ड घटनावां दर्ज कीतीआं गईआं हन। जानकारी मुताबक 24 घंटिआं दे विच सब तों वध 3634 थावां ते पराली साड़ी गई है। पंजाब प्रदूषण कंट्रोल बोर्ड वल्लों लईआं सैटेलाइट दीआं तस्वीरां तों वी इह साफ होया है। तस्वीरां संगरूर दीआं हन जिथे कि पराली साड़ी जा रही है। सब तों वध मामले वी संगरूर तों ही सामने आए हन। कल्ले संगरूर विच ही 670 थावां ते पराली साड़ी गई है। हालांकि ये पंजाब दे मुख्यमंत्री भगवंत मान दा जिला है। लगातार पराली साड़न करके पंजाब दी हवा भी खराब हुई है। लुधियाना शहर दा एयर क्वालिटी इंडेक्स AQI 349 हो गया है। इस दे नाल ही चंडीगढ़ दा AQI 207 तक पहुंच गया है। संगरूर जिले विच सब तों वध पराली साड़न दे मामले सामने आए हन, जिस तों बाद हुण सरकार ने सख्त कदम चुकदिआं करीब 201 किसानां दी जमीन विच रेड एंट्री कर दित्ती है ते 5,25,000 रुपए दा जुर्माना भी कीता गया है। ਜਦੀ ਸਿੰਘ ਕਿਹੜਾ ਪਿੰਡ ਹੈ ਤੁਹਾਡਾ, ਕੀ ਕਹਿਣਾ ਚਾਹੋਗੇ? ਬਾਇਓਗੈਸ ਪਲਾਂਟ ਲੱਗਣ ਦੇ ਬਾਵਜੂਦ ਵੀ ਪਰਾਲੀ ਨੂੰ ਜਲਾਉਣਾ ਪੈ ਰਿਹਾ। ਮੇਰਾ ਪਿੰਡ ਲੇਲ ਖੁਰਦਾ ਜੀ, ਜੋ ਅੱਜ ਆਪਾਂ ਖੜੇ ਹਾਂ ਇਹ ਪਟਾਲ ਕਲਾਂ ਦੀ ਜ਼ਮੀਨ ਹੈ, ਜੋ ਇਹ ਲੱਗੀ ਹੈ ਜੀ, ਫੈਕਟਰੀ ਲੱਗੀ ਹੈ। ਸਰਕਾਰ ਤਾਂ ਕਹਿੰਦੀ ਮਤਲਬ ਹੁਣ ਭਗਵੰਤ ਮਾਨ ਸਾਹਿਬ ਵਾਅਦਾ ਉਦਘਾਟਨ ਕਰਕੇ ਕਹਿੰਦੇ ਵੀ ਅਸੀਂ ਲਾਈ ਹੈ, ਇਹ ਪਹਿਲਾਂ ਤੋਂ ਚੱਲ ਰਹੀ ਹੈ, ਪਰ ਇਹ ਤਾਂ ਜਦੋਂ ਤੋਂ ਚੱਲੀ ਸਾਨੂੰ ਕੋਈ ਫਾਇਦਾ ਨਹੀਂ ਹਾਲ ਤੱਕ ਹੋਇਆ ਇਹਦਾ। ਇਹਦਾ ਸਾਨੂੰ ਇੱਕ ਨੁਕਸਾਨ ਇਹ ਹੈ, ਕਿਉਂਕਿ ਜੋ ਸੜਕਾਂ ਦੀ ਮਸ਼ੀਨਰੀ ਬਹੁਤ ਵੱਡੀ ਇਹਨਾਂ ਦੀ, ਨਾ ਤਾਂ ਰਸਤਾ ਦਿੰਦੇ ਨੇ ਕਿਸੇ ਨੂੰ ਇਹ, ਅਤੇ ਨਾ ਸਾਡੇ ਇਲਾਕੇ ਦੀ ਪਰਾਲੀ ਚੱਕਦੇ ਨੇ। ਮੈਂ ਖੁਦ 2 ਵਾਰ ਲਿਖਿਆ ਚੁੱਕਿਆ ਇਹਨਾਂ ਕੋਲ, ਇਸ ਵਾਰ ਵੀ ਲਿਖਾਈ ਹੋਈ ਹੈ। ਇਹ ਸਾਡਾ ਖੇਤ ਪਿੰਡ ਤੋਂ 1/2 ਕਿਲੋਮੀਟਰ ਦੂਰ ਪੈਂਦਾ, ਕਹਿੰਦੇ ਵੀ ਤੁਹਾਡਾ ਰਸਤਾ ਠੀਕ ਨਹੀਂ, ਕਹਿੰਦੇ ਕਿ ਅੱਧੀ ਪਹੀ ਪੱਕੀ ਹੈ ਅੱਧੀ ਕੱਚੀ ਹੈ, ਇਹ ਰੋਡ ਦੇ ਉੱਪਰੋਂ ਚੱਕਦੇ ਨੇ ਜੀ। ਨਹੀਂ ਫਿਰ ਇਹਦਾ ਹੱਲ ਕੀ ਕਹਿੰਦੇ ਆ? ਇਹਦਾ ਹੱਲ ਤਾਂ ਸਰਕਾਰ ਕਰੇ ਜੀ, ਕਿਸਾਨ ਕੋਲ ਤਾਂ ਹੱਲ ਨਹੀਂ। ਪਰ ਸਰਕਾਰ ਤਾਂ ਕਹਿ ਰਹੀ ਹੈ ਵੀ ਇੱਥੋਂ ਦੇ ਏਰੀਏ ਦੇ ਵਿੱਚ ਪ੍ਰਦੂਸ਼ਣ ਨਜ਼ਰ ਨਹੀਂ ਆਊਗਾ, ਪਰ ਸਾਨੂੰ ਦਿਖ ਰਿਹਾ ਵੀ ਪ੍ਰਦੂਸ਼ਣ ਸਭ ਤੋਂ ਵੱਧ ਇੱਥੇ ਨਜ਼ਰ ਆ ਰਿਹਾ। ਪ੍ਰਦੂਸ਼ਣ ਤਾਂ ਤੁਸੀਂ ਦੇਖ ਲਓ ਜੀ, ਇੱਥੋਂ ਫੈਕਟਰੀ ਹੈ ਜਿਹੜੀ ਸਾਰੀ 1/2 ਕਿਲੋਮੀਟਰ ਹੋਣੀ, 1/2 ਪੌਣਾ, ਅਤੇ ਦਿਖਾਈ ਨਹੀਂ ਦਿੰਦੀ ਇੰਨਾ ਪ੍ਰਦੂਸ਼ਣ ਜ਼ਿਆਦਾ ਹੋ ਰਿਹਾ। ਜਲਾਏ ਬਿਨਾਂ ਹੱਲ ਨਹੀਂ ਹੈਗਾ ਤੁਹਾਡੇ ਕੋਲ, ਕਿਸਾਨਾਂ ਕੋਲ, ਕਿਉਂਕਿ ਸਰਕਾਰ ਇੱਕ ਮਸ਼ੀਨਰੀ ਦੇ ਰਹੀ ਹੈ ਬਹੁਤ ਜ਼ਿਆਦਾ, ਵੀ ਮਸ਼ੀਨਰੀ ਦਿੱਤੀ ਜਾ ਰਹੀ ਹੈ ਵੀ ਪਰਾਲੀ ਨੂੰ ਨਾ ਜਲਾਓ, ਫਿਰ ਵੀ ਤੁਸੀਂ ਅੱਗ ਲਾ ਰਹੇ ਹੋ, ਕਿਉਂ? ਇਹ ਸਾਡੀ ਮਜਬੂਰੀ ਬਣ ਗਈ ਜੀ। ਪਤਾ ਕੀ ਹੈ, ਜੋ ਸਾਨੂੰ ਇਸ ਜੀਰੀ ਦੇ ਵਿੱਚ ਵਾੜਿਆ ਫਸਲ ਦੇ ਵਿੱਚ ਜਿਹੜਾ ਨਾੜ ਹੁੰਦਾ ਜ਼ਿਆਦਾ ਹੁੰਦਾ, ਨਾ ਤਾਂ ਇਹਨੂੰ ਆਪਾਂ ਚੱਕ ਸਕਦੇ ਨਾ ਕਦੇ ਕੰਮ ਆਉਂਦਾ ਇਹ ਨਾੜ ਨੂੰ ਫੂਕਣ ਬਾਅਦ ਤੋਂ ਬਿਨਾਂ ਸਾਡੇ ਕੋਲ ਕੋਈ ਸਾਧਨ ਨਹੀਂ, ਫੈਕਟਰੀ ਚੱਕ ਨਹੀਂ ਰਹੀ, ਜੇ ਲੇ ਚੁਕਾਉਂਦੇ ਤਾਂ ਲੇਟ ਕਰਦੇ ਨੇ, ਸਾਡਾ ਨਾੜ ਪਿਆ ਰਹਿੰਦਾ। ਜੋ ਮਸ਼ੀਨਰੀ ਮਹਿੰਗੀ ਹੈ, ਇੱਕ ਜ਼ਿਮੀਂਦਾਰ 10 ਲੱਖ 15 ਲੱਖ 5 ਏਕੜ ਵਾਲਾ ਕਿੱਥੋਂ ਲਾਊਗਾ ਜੀ, ਹਰ ਇੱਕ ਲੈ ਨਹੀਂ ਸਕਦਾ। ਅਤੇ ਜੇ ਆਪਾਂ ਲੈਂਦੇ ਹਾਂ ਤਾਂ ਲੇਟ ਹੁੰਦੇ ਹਾਂ, ਸਬਸਿਡੀਆਂ ਨਹੀਂ ਮਿਲਦੀਆਂ, ਫਿਰ ਇਹਦੀ ਵੱਤ ਚੜ੍ਹਦੀ ਹੈ, ਕਣਕ ਨਹੀਂ ਬੀਜ ਸਕਦੇ ਆਪਾਂ। ਇਹ ਮਜਬੂਰੀ ਦੀ ਮਾਰੀ ਕਿਸਾਨ ਕੋਲ ਇੱਕੋ ਸਾਧਨ ਹੈ, ਡੱਬੀ ਹੈ ਜੀ। ਘਰ ਦੇ ਬਾਹਰ ਧਰਨਾ ਲਾਇਆ ਸੀਗਾ, ਉਦੋਂ ਇੱਕ ਐਲਾਨ ਕੀਤਾ ਗਿਆ ਸੀ ਵੀ ਪਰਾਲੀ ਦੇ ਜਿਹੜੇ ਅੱਗ ਲਗਾਉਂਦੇ ਆ ਉਹਨਾਂ ਕਿਸਾਨਾਂ ਦੇ ਉੱਤੇ ਪਰਚੇ ਦਰਜ ਨਹੀਂ ਹੋਣਗੇ, ਜੁਰਮਾਨੇ ਨਹੀਂ ਪੈਣਗੇ, ਪਰ ਫਿਰ ਵੀ ਲਗਾਤਾਰ ਪੈ ਰਹੇ ਹੈਗੇ। ਨਹੀਂ ਇਹ ਤਾਂ ਸਰਕਾਰ ਨੇ ਦੇਖਣਾ ਚਾਹੀਦਾ, ਨਾਲੇ ਤਾਂ ਵਾਅਦੇ ਕਰਦੀ ਹੈ ਲੋਕਾਂ ਦੇ ਨਾਲ ਵੀ ਮੈਂ ਪਰਚੇ ਨਹੀਂ ਕਰਦੀ, ਫਿਰ ਵੀ ਲਗਾਤਾਰ ਹੁਣ ਪਰਚੇ ਕਰ ਰਹੀ ਹੈ, ਫਿਰ ਵੀ ਅਸੀਂ ਤਾਂ ਡਟ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ, ਲੜਾਂਗੇ ਸਰਕਾਰ ਦੇ ਨਾਲ ਜੇ ਪਰਚੇ ਕਰੂਗੀ ਜਿੰਨਾ ਹੋ ਸਕੇ। ਅੱਗੇ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਾਫੀ ਜੁਰਮਾਨਾ ਜਿਹੜਾ ਸੰਗਰੂਰ ਦੇ ਵਿੱਚ ਪਾਇਆ ਕਿਸਾਨਾਂ ਤੇ, ਉਹ ਤਾਂ ਹੁਣ ਮੁੱਖ ਮੰਤਰੀ ਸਮਝੇ ਜਿਨ੍ਹਾਂ ਨੇ ਐਲਾਨ ਕੀਤਾ ਵੀ ਜ਼ਿਮੀਂਦਾਰਾਂ ਨੂੰ ਆਖਿਆ ਵੀ ਮੈਂ ਅੱਗੇ ਤੋਂ ਪਰਚੇ ਨਹੀਂ ਕਰਦਾ, ਫਿਰ ਵੀ ਪਰਚੇ ਕਰ ਰਹੀ ਹੈ ਤਾਂ ਫਿਰ ਵੀ ਅਸੀਂ ਅੱਗੇ ਲੜਾਂਗੇ। ਹਾਂ, ਮੈਂ ਡਾਕਟਰ ਅਮਰਜੀਤ ਸਿੰਘ, ਏਡੀਓ ਇਨਫੋਰਸਮੈਂਟ ਡਿਪਾਰਟਮੈਂਟ ਆਫ ਐਗਰੀਕਲਚਰ, ਜ਼ਿਲ੍ਹਾ ਸੰਗਰੂਰ ਜੀ। ਸਰ, ਪਰਾਲੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਅੱਗ ਲੱਗਣ ਦੇ ਮਾਮਲੇ ਨੇ ਹੁਣ ਤੱਕ ਸਾਹਮਣੇ ਆਉਂਦੇ, ਕੀ ਕਾਰਵਾਈ ਜਿਹੜੀ ਹੋ ਰਹੀ ਹੈ? ਹਾਂਜੀ, ਪਰਾਲੀ ਦੇ ਸੰਬੰਧ ਦੇ ਵਿੱਚ ਜਿਹੜੇ ਸਾਡੇ ਕੋਲ ਮਾਮਲੇ ਕੱਲ੍ਹ ਤੱਕ ਜਿਹੜੇ 1/11/2022 ਤੱਕ ਜੀ, 2054 ਜਿਹੜੇ ਸੈਟੇਲਾਈਟ ਨੇ ਜਿਹੜੇ ਸਪੋਟ ਆਉਂਦੇ ਨੇਗੇ ਜੀ, ਉਹ ਆਏ ਨੇਗੇ ਜੀ, ਜਿਨ੍ਹਾਂ ਦੇ ਵਿੱਚੋਂ ਅਸੀਂ 704 ਦੀ ਜਿਹੜੀ ਫਿਜ਼ੀਕਲ ਵੈਰੀਫਿਕੇਸ਼ਨ ਹੋਈ ਹੈ, ਉਹਦੇ 704 ਦੇ ਵਿੱਚੋਂ 201 ਜਿਹੜੇ ਕੇਸਿਸ ਨੇਗੇ ਜੀ, ਉਹਨਾਂ ਦੀ ਜਿਹੜੀ ਵਾਕਿਆ ਪੈਨਲਟੀ ਹੈਗੀ ਜਾਂ ਰੈੱਡ ਐਂਟਰੀ ਆ ਜਾਂ ਉਹਨਾਂ 'ਚ ਜਿਹੜੇ ਵੀ ਜੁਰਮਾਨੇ ਹੋਏ ਨੇ, ਜਿਸ ਤਰ੍ਹਾਂ 5,25,100 ਰੁਪਇਆ ਜਿਹੜਾ ਜੁਰਮਾਨਾ ਉਹ ਕੀਤਾ ਗਿਆ ਹੈਗਾ ਜੀ। ਨਾਲ ਦੀ ਨਾਲ ਜਿਹੜੀਆਂ ਰੈੱਡ ਐਂਟਰੀਆਂ ਵੀ ਸਾਰੀਆਂ ਹੋ ਰਹੀਆਂ ਨੇ? ਹਾਂ, ਨਾਲ ਦੀ ਨਾਲ ਸਾਡੇ ਕੋਲ ਜਿਵੇਂ ਵੀ ਰਿਪੋਰਟਿੰਗ ਆਉਂਦੀ ਹੈ ਉਸ ਹਿਸਾਬ ਨਾਲ ਅਸੀਂ ਮਤਲਬ ਚੈੱਕ ਕਰਦੇ ਹਾਂਗੇ, ਰੈੱਡ ਐਂਟਰੀ ਹੋਈ ਜਾਂ ਜੁਰਮਾਨੇ ਦਾ ਕੋਈ ਵੀ ਹੋਇਆ ਉਹ ਨਾਲ ਦੀ ਨਾਲ ਚੈੱਕ ਹੁੰਦਾ ਹੈਗਾ ਜੀ। ਅਤੇ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ, ਜਿਹੜੇ ਸਪੋਟ ਆਉਂਦੇ ਨੇ ਫਿਜ਼ੀਕਲ ਵੈਰੀਫਿਕੇਸ਼ਨ ਦੇ ਵਿੱਚ ਸੈਟੇਲਾਈਟ ਦੇ ਵਿੱਚ ਜੋ ਸਪੋਟ ਆਉਂਦੇ ਨੇ, ਉਹਨਾਂ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਵੀ ਵਾਕਈ ਇਹ ਅੱਗ ਲੱਗੀ ਆ ਜਾਂ ਨਾ ਲੱਗੀ ਆ, ਉਹਦੀ ਵੈਰੀਫਿਕੇਸ਼ਨ ਵੀ ਹੁੰਦੀ ਹੈਗੀ ਜੀ। ਮਤਲਬ ਕਿ ਜਿਹੜੇ 2000 ਸਪੋਟ ਆਏ ਨੇ ਤਾਂ ਉਹਦੇ ਵਿੱਚੋਂ? ਹਾਂਜੀ ਹਾਂ, 2000 ਸਪੋਟ ਆਉਣ ਦਾ ਮਤਲਬ ਇਹ ਨਹੀਂ ਹੈਗਾ ਵੀ 2000 ਸਪੋਟ ਅੱਗ ਲੱਗੀ ਹੈਗੀ, ਉਹਦੇ 'ਚੋਂ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਬਾਅਦ ਹੀ ਪਤਾ ਲੱਗਦਾ ਵੀ ਵਾਕਈ ਇੰਨੇ ਦੇ ਵਿੱਚ ਸਪੋਟ ਦੇ ਵਿੱਚ ਅੱਗ ਲੱਗੀ ਹੈ। ਜਿਵੇਂ ਮੈਂ ਤੁਹਾਨੂੰ ਦੱਸਦਿਆਂ 495 ਉਹ 'ਚੋਂ ਇਸ ਤਰ੍ਹਾਂ ਦੇ ਸਪੋਟ ਆਏ ਨੇ ਜਿਨ੍ਹਾਂ 'ਚ ਅੱਗ ਨਹੀਂ ਲੱਗੀ, ਕਾਰਨ ਕੋਈ ਹੋਰ ਹੈ।
महकमे वालों या सरकार वालों किसी भी तरह का ज मशीनरी दे विच कोई जिहड़ा कच्चा वह नहीं छड्डिया जा रहा। किसान वीरां नूं वी असीं वध तों वध जिहड़ी कैंपा राही जां होर माध्यम राही असीं समझा रहे हांगे और जिहड़ी मशीनरी एग्रीकल्चर डिपार्टमेंट के थ्रू सबसिडी ते किसानां नूं दित्ती गई है वह भी असीं वध तों वध यूज़ करके जां साडे कोल जिहड़ी मशीनरी अवेलेबल है वह यूज़ करके असीं जिहड़े अग दे जिहड़े स्पॉट है उहनूं घटाउण दा यतन कर रहे हांगे। तां दस दिए कि हर साल इस मौसम दे विच दिल्ली पंजाब ते हरियाणा विच पराली साड़न दे मुद्दे नूं लैके सियासत पक जांदी है पर क्योंकि इस बार पंजाब ते दिल्ली दे विच आम आदमी पार्टी दी सरकार है तां इन्हां दोवां सरकारां वल्लों हरियाणा ते दिल्ली दे विच केंद्र सरकार नूं ही जिम्मेवार ठहराया जा रहा है। संगरूर तों मनोज मेहता दी रिपोर्ट, पंजाब टुडे।